ਜੇ ਕੋਈ ਸਾਡੀ ਇਮੇਜ ਨੂੰ ਕਰਨ ਦੀ ਇਮੇਜ ਨੂੰ ਢਾਹ ਲਊਗਾ ਤਾਂ ਅਸੀਂ ਲੀਗਲ ਐਕਸ਼ਨ ਸਟ੍ਰਿਕਟ ਲਵਾਂਗੇ। ਅੱਜ ਮੇਰੀ ਇਹੀ ਧਾਰਨਾ ਹੈ, ਚਾਹੇ ਜਿਹੜੇ ਫੇਸਬੁੱਕ 'ਤੇ ਕਮੈਂਟ ਕਰਦੇ ਨੇ ਉਹਨਾਂ ਨੂੰ ਵੀ। ਸਿੱਧੂ ਮੂਸੇਵਾਲਾ ਸਾਡਾ ਛੋਟਾ ਵੀਰ ਇਸ ਦੁਨੀਆ 'ਤੇ ਨਹੀਂ ਰਿਹਾ, ਕਿੱਡਾ ਵੱਡਾ ਘਾਟਾ ਪੈ ਗਿਆ ਜੀ ਉਹਦੇ ਪਰਿਵਾਰ ਨੂੰ, ਕਿੱਡਾ ਵੱਡਾ ਘਾਟਾ ਉਹਦੇ ਮਾਂ ਪਿਓ ਨੂੰ, ਉਹਦੇ ਸੱਜਣਾਂ ਦੋਸਤਾਂ ਮਿੱਤਰਾਂ ਨੂੰ, ਫੈਨਸ ਨੂੰ ਕਿੱਡਾ ਵੱਡਾ ਘਾਟਾ ਪਿਆ। ਹੁਣ ਹੋ ਸਕਦਾ ਅਗਲਾ ਨੰਬਰ ਕਰਨ ਔਜਲਾ ਦਾ ਹੋਵੇ, ਬਿਨਾਂ ਗੱਲ ਤੋਂ ਕਰਨ ਨੂੰ ਇਨਵੋਲਵ ਕਰੂਗਾ। ਅਸੀਂ ਸਟ੍ਰਿਕਟ ਲੀਗਲ ਐਕਸ਼ਨ ਲਵਾਂਗੇ, ਚਾਹੇ ਉਹ ਪਰਚਾ ਦਰਜ ਕਰਾਉਣਾ ਪਵੇ, ਚਾਹੇ ਡੈਫਾਮੇਸ਼ਨ ਕਰਨੀ ਪਵੇ, ਅਤੇ ਉਹ ਬੰਦਾ ਬਖਸ਼ਿਆ ਨਹੀਂ ਜਾਊਗਾ। ਕਿਉਂਕਿ ਅਸੀਂ ਨਾ ਬੜੇ ਪਿਛਲੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਸੋਸ਼ਲ ਮੀਡੀਆ 'ਤੇ, ਹੋਰ ਨਿਊਜ਼ ਚੈਨਲ 'ਤੇ ਗਲਤ ਢੰਗ ਨਾਲ ਕਰਨ ਔਜਲਾ ਨੂੰ ਲਿੰਕ ਕੀਤਾ ਜਾਂਦਾ। ਕੋਈ ਵੀ ਮੈਟਰ ਹੁੰਦਾ, ਕੋਈ ਵੀ ਗੱਲ ਹੁੰਦੀ ਹੈ, ਉਹਦੇ 'ਚ ਕਰਨ ਔਜਲਾ ਨੂੰ ਬਿਨਾਂ ਗੱਲ ਤੋਂ ਲਿੰਕ ਕੀਤਾ ਜਾਂਦਾ। ਜਿਵੇਂ ਹੁਣ ਰੀਸੈਂਟ ਮੈਟਰ ਹੋਇਆ ਸ਼ਾਰਪੀ ਦਾ, ਉਹਨਾਂ ਨੂੰ AG TF ਦੀ ਟੀਮ ਨੇ ਕੀਤਾ ਅਰੈਸਟ, ਐਂਟੀ ਗੈਂਗ ਟਾਸਕ ਫੋਰਸ ਦੀ ਟੀਮ ਨੇ ਅਰੈਸਟ ਕੀਤਾ। ਕੋਈ ਫੇਕ ਪਾਸਪੋਰਟ ਦਾ ਮਸਲਾ ਜੀ, ਉਹਨਾਂ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ। ਹੁਣ ਨਿਊਜ਼ ਚੈਨਲ ਜਾਂ ਸੋਸ਼ਲ ਮੀਡੀਆ 'ਤੇ ਇਹ ਪਬਲਿਸ਼ ਹੋ ਰਿਹਾ ਵੀ ਕਰਨ ਔਜਲਾ ਦਾ ਫਰੈਂਡ ਹੈ ਉਹ। ਦੇਖੋ ਉਸ ਚੀਜ਼ ਦਾ ਪਹਿਲਾਂ ਜਾਂ ਤਾਂ ਸਾਡੇ ਕੋਲ ਉਹਨਾਂ ਦੇ ਲੋਇਰ ਤੋਂ ਜਾਂ ਕਿਸੇ ਹੋਰ ਤੋਂ ਇਹ ਕਲੈਰੀਫਿਕੇਸ਼ਨ ਜ਼ਰੂਰ ਲੈਣੀ ਚਾਹੀਦੀ ਹੈ। ਮੈਂ ਮੀਡੀਆ ਨੂੰ ਵੀ ਰਿਕੁਐਸਟ ਕਰੂੰਗਾ, ਕਿਉਂਕਿ ਜਿਹੜੇ ਬੰਦੇ ਦੀ 2 ਸਾਲ ਤੋਂ ਗੱਲ ਹੀ ਨਹੀਂ ਹੋਈ ਕਦੀ, ਨਾ ਤਾਂ 2021 ਤੋਂ ਬਾਅਦ ਕਰਨ ਔਜਲਾ ਕਦੀ ਇੰਡੀਆ 'ਚ ਆਏ ਨਹੀਂ, 2 ਸਾਲ ਤੋਂ ਉਹਨਾਂ ਦੀ ਕੋਈ ਕਿਸੇ ਨਾਲ ਕੰਟੈਕਟ ਨਹੀਂ ਹੈ ਇੱਥੇ, ਕਦੀ ਸ਼ਾਰਪੀ ਦੀ ਕੋਈ ਫੋਨ 'ਤੇ ਗੱਲ ਨਹੀਂ ਹੋਈ, ਨਾ ਹੀ ਉਹ ਕੋਈ ਕਲੋਜ਼ ਫਰੈਂਡ ਸੀ ਜਾਂ ਫਰੈਂਡ ਸੀ। ਦੇਖੋ ਆਪਾਂ ਕੰਮ ਕਾਰ ਕਰਦੇ ਹਾਂ, ਸਾਰੇ ਆਪਾਂ ਕੰਮ ਕਰਦੇ ਹਾਂ, ਬਹੁਤ ਲੋਕ ਆਪਣੇ ਲਿੰਕ 'ਚ ਆਉਂਦੇ ਨੇ, ਆਪਾਂ ਨੂੰ ਮਿਲਦੇ ਨੇ, ਉਹ ਆਪਣੇ ਦੋਸਤ ਨਹੀਂ ਬਣ ਜਾਂਦੇ। ਸੋ ਜੇ ਆਪਾਂ ਕਿਸੇ ਦੇ ਕੋਈ ਕਹਿਣ 'ਤੇ ਕੋਈ ਪ੍ਰੋਗਰਾਮ ਲੱਗ ਗਿਆ, ਕਿਤੇ ਕੋਈ ਬੰਦਾ ਆਪਾਂ ਨੂੰ ਸ਼ੋਅ 'ਤੇ ਮਿਲ ਗਿਆ, ਉਹ ਆਪਣੇ ਦੋਸਤ ਨਹੀਂ ਬਣ ਗਏ, ਅਤੇ ਜਿਹੜੇ ਬੰਦਿਆਂ ਨਾਲ ਆਪਣੀ 2-2.5 ਸਾਲ ਫੋਨ 'ਤੇ ਗੱਲ ਹੀ ਨਹੀਂ ਹੋਈ, ਆਪਾਂ ਮਿਲੇ ਨਹੀਂ। ਸੋ ਇਸ ਚੀਜ਼ ਨੂੰ ਬੜਾ ਹਾਈਲਾਈਟ ਕਰਕੇ, ਕਿਉਂਕਿ ਦੇਖੋ ਮੈਂ ਤਾਂ ਸਪਸ਼ਟ ਗੱਲ ਕਹੂੰਗਾ, ਮੇਰੀ ਗੱਲ ਕੌੜੀ ਵੀ ਲੱਗਣੀ ਆ, ਲਾਈਕਸ ਲੈਣ ਦੇ ਚੱਕਰ 'ਚ, TRP ਦੇ ਚੱਕਰ ਦੇ ਵਿੱਚ ਚੀਜ਼ਾਂ ਕੀਤੀਆਂ ਜਾਂਦੀਆਂ ਨੇ। ਸੋ ਇਹ ਰਿਕੁਐਸਟ ਹੈ ਵੀ ਜੇ ਕੋਈ ਵੀ ਇੱਦਾਂ ਦਾ ਮਸਲਾ ਹੁੰਦਾ, ਦੇਖੋ ਪਿੱਛੇ ਲੋਰ ਬਿਸ਼ਨੋਈ ਦਾ ਬ੍ਰਦਰ, ਉਹ ਕਿਸੇ ਸ਼ੋਅ 'ਤੇ ਅਮੈਰੀਕਾ ਦੇ ਵਿੱਚ ਦੇਖਿਆ, ਉਹ ਉਸ ਚੀਜ਼ ਨੂੰ ਵੀ ਨਾਲ ਲਿੰਕ ਕੀਤਾ ਗਿਆ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਕਾਨੂੰਨ ਹੈਗਾ ਜੀ, ਜੇ ਕਿਸੇ ਬੰਦੇ ਨੇ ਕੋਈ ਗਲਤ ਕੰਮ ਕੀਤਾ ਤਾਂ ਕਾਨੂੰਨ, ਕੋਰਟਸ, ਪੁਲਿਸ, ਇਨਵੈਸਟੀਗੇਸ਼ਨ ਟੀਮਸ ਹੈਗੀਆਂ ਨੇ, ਉਹ ਆਪੇ ਸਜ਼ਾ ਦੇਣਗੀਆਂ। ਇਹ ਫੋਟੋਆਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ, ਇਹ ਕੋਈ ਪੁਰਾਣੀਆਂ ਫੋਟੋਆਂ? ਪੁਰਾਣੀਆਂ ਫੋਟੋਆਂ ਨੇ ਜੀ, ਬਿਲਕੁਲ। ਦੇਖੋ ਹੁਣ ਸਾਡੇ ਕੋਲ ਹਜ਼ਾਰਾਂ ਲੋਕ ਆਉਂਦੇ ਨੇ, ਹਜ਼ਾਰਾਂ ਲੋਕ ਆ ਕੇ ਤੁਹਾਨੂੰ ਮਿਲਦੇ ਨੇ, ਇਹਦੇ ਨਾਲ ਇਹ ਥੋੜ੍ਹੀ ਹੋ ਗਿਆ ਵੀ ਉਹ ਸਾਡਾ ਫਰੈਂਡ ਬਣ ਗਿਆ ਕਿਸੇ ਦਾ। ਸੋ ਇਹਦੇ 'ਚ ਕਿਸੇ ਵੀ ਬੰਦੇ ਨੂੰ ਕੋਈ ਨਿਊਜ਼ ਪਬਲਿਸ਼ ਕਰਨ ਤੋਂ ਪਹਿਲਾਂ ਕਲੈਰੀਫਿਕੇਸ਼ਨ ਜਾਂ ਉਸ ਚੀਜ਼ ਨੂੰ ਤੁਹਾਨੂੰ ਇਨਵੈਸਟੀਗੇਟ ਜ਼ਰੂਰ ਕਰਨਾ ਚਾਹੀਦਾ, ਜਾਂ ਪੁਲਿਸ ਤੋਂ ਜਾਂ ਕਿਸੇ ਇਨਵੈਸਟੀਗੇਟਿੰਗ ਏਜੰਸੀ ਤੋਂ ਜਾਂ ਕਿਸੇ ਲੋਇਰ ਤੋਂ ਵੀ ਇਹ ਕੀ ਮਸਲਾ ਹੈ ਕਿ। ਹੁਣ ਅੱਗੇ ਇੱਕ ਇਹ ਵੀ ਹੈ ਵੀ ਜਿੰਨਾ ਵੀ ਅਸੀਂ ਇੱਕ ਰਿਕੁਐਸਟ ਕਰਨਾ ਚਾਹੁੰਦੇ ਹਾਂ, ਬੜੀ ਹੰਬਲ ਰਿਕੁਐਸਟ ਮੈਂ ਕਰ ਰਿਹਾ ਔਨ ਦਾ ਬਿਹਾਫ ਆਫ ਕਰਨ ਔਜਲਾ, ਵੀ ਕੋਈ ਵੀ ਜਿਹੜੇ ਸਾਡੇ, ਦੇਖੋ ਮੀਡੀਆ ਦਾ ਮੈਂ ਪਹਿਲਾਂ ਵੀ ਕਹਿ ਹਟਿਆ ਵੀ ਬੜਾ ਸਮਾਜ ਨੂੰ ਵੱਡੀ ਦੇਣ ਆ, ਜੇ ਆਪਾਂ ਇਸ ਤਰ੍ਹਾਂ ਦਾ ਗਲਤ ਮਾਹੌਲ ਪੈਦਾ ਕਰਾਂਗੇ, ਬਿਨਾਂ ਗੱਲ ਤੋਂ ਕਿਸੇ ਬੰਦੇ ਨੂੰ ਲਿੰਕ ਕਰਾਂਗੇ, ਤਾਂ ਉਸ ਬੰਦੇ ਦੀ ਪਰਸਨਲ ਲਾਈਫ 'ਤੇ, ਉਸ ਬੰਦੇ ਦੀ ਪ੍ਰੋਫੈਸ਼ਨਲ ਲਾਈਫ 'ਤੇ ਜ਼ਰੂਰ ਅਸਰ ਪਊਗਾ। ਸੋ ਅਸੀਂ ਬੜਾ ਸਟ੍ਰਿਕਟਲੀ ਇਹ ਗੱਲ ਕਹਿ ਰਹੇ ਹਾਂ ਜੀ, ਮੈਂ ਜਿਹੜੇ ਬੰਦੇ ਵੀ ਮੀਡੀਆ 'ਤੇ ਕੰਮ ਕਰਦੇ ਨੇ ਜਾਂ ਜਿਹੜੇ ਬੰਦੇ ਲੋਕ ਸੋਸ਼ਲ ਮੀਡੀਆ 'ਤੇ, ਕਈ ਤਾਂ ਚੈਨਲ ਬਿਲਕੁਲ ਫੇਕ ਹੀ ਬਣੇ ਹੋਏ ਨੇ, ਉਹ ਰੈਕਗਨਾਈਜ਼ਡ ਹੀ ਹੈ ਨਹੀਂ, ਉਹ ਇਹੋ ਜਿਹੀਆਂ ਚੀਜ਼ਾਂ ਕਰਦੇ ਨੇ। ਸੋ ਅੱਗੇ ਤੋਂ ਸਾਡੀ ਸਟ੍ਰਿਕਟ, ਇੱਕ ਮਿੰਟ ਜੀ, ਉਸ ਤੋਂ ਸਾਡੀ ਸਟ੍ਰਿਕਟ ਵਾਰਨਿੰਗ ਇਹ ਹੈ, ਅਸੀਂ ਡੈਫਾਮੇਸ਼ਨ ਦੇ ਕੇਸ, ਚਾਹੇ ਕੋਈ FIR ਰਜਿਸਟਰਡ ਕਰਨੀ ਪਵੇ, ਜਿਹੜਾ ਬੰਦਾ ਕੋਈ ਵੀ ਗਲਤ ਕੰਮ ਕਰੂਗਾ ਜਾਂ ਬਿਨਾਂ ਗੱਲ ਤੋਂ ਕਰਨ ਨੂੰ ਇਨਵੋਲਵ ਕਰੂਗਾ, ਅਸੀਂ ਸਟ੍ਰਿਕਟ ਲੀਗਲ ਐਕਸ਼ਨ ਲਵਾਂਗੇ, ਚਾਹੇ ਉਹ ਪਰਚਾ ਦਰਜ ਕਰਾਉਣਾ ਪਵੇ, ਚਾਹੇ ਡੈਫਾਮੇਸ਼ਨ ਕਰਨੀ ਪਵੇ, ਅਤੇ ਉਹ ਬੰਦਾ ਬਖਸ਼ਿਆ ਨਹੀਂ ਜਾਊਗਾ, ਇਹ ਸਟ੍ਰਿਕਟ ਐਕਸ਼ਨ ਸਾਡੇ ਵੱਲੋਂ ਲਿਆ ਜਾਊਗਾ। ਅੱਛਾ, ਕਰਨ ਔਜਲਾ ਜੀ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਦੀ ਜਿਹੜੀ ਨੇੜਤਾ ਨਹੀਂ ਹੈਗੀ ਇਸ ਬੰਦੇ ਨਾਲ, ਜੋ ਵਿਅਕਤੀ ਨੂੰ, ਬਿਲਕੁਲ ਨਹੀਂ ਜੀ ਨੇੜਤਾ, ਮੈਂ ਉਹਨਾਂ ਦੇ ਬਿਹਾਫ 'ਤੇ ਕਹਿ ਰਿਹਾ, ਇਨਵੈਸਟੀਗੇਸ਼ਨ ਟੀਮ ਦੇਖ ਸਕਦੀ ਆ, ਤੁਸੀਂ ਦੇਖ ਸਕਦੇ ਹੋ ਵੀ 2 ਸਾਲ ਤੋਂ ਤਾਂ 2021 ਤੋਂ ਬੰਦਾ ਇੰਡੀਆ ਨਹੀਂ ਆਇਆ, ਕਦੀ ਫੋਨ 'ਤੇ ਗੱਲ ਨਹੀਂ ਹੋਈ, ਤਾਂ ਦੋਸਤ ਕਿਵੇਂ ਹੋ ਗਿਆ ਜੀ? ਦੋਸਤ ਨਾ ਤਾਂ ਆਪਾਂ ਦਿਨ 'ਚ 2 ਵਾਰ ਗੱਲ ਕਰਦੇ ਹਾਂ, ਹਫ਼ਤੇ 4 ਵਾਰ ਮਿਲਦੇ ਹਾਂ, ਭਾਈਚਾਰਕ ਸਾਂਝ ਹੁੰਦੀ ਹੈ। ਸੋ ਇੱਕ ਬੰਦੇ ਨੂੰ ਆਪਾਂ ਪਹਿਲਾਂ ਮਿਲੇ ਹਾਂ ਜੀ, ਉਹ ਪੁਰਾਣੀਆਂ ਫੋਟੋਆਂ ਨੂੰ ਲਿਆ ਕੇ ਚੱਕ ਕੇ ਮੋਲਡ ਕਰਕੇ ਆਪਾਂ ਦਿਖਾ ਰਹੇ ਹਾਂ, ਉਹ ਚੀਜ਼ਾਂ ਗਲਤ ਆ ਜੀ। ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਕਲੈਰੀਫਿਕੇਸ਼ਨ ਜ਼ਰੂਰ ਲੈ ਲੈਣੀ ਚਾਹੀਦੀ ਹੈ ਕਿਸੇ ਬੰਦੇ ਦੀ ਇਨਵੋਲਵਮੈਂਟ ਤੋਂ, ਕਿਉਂਕਿ ਉਹਦਾ ਹਰ ਬੰਦੇ 'ਤੇ ਇਹ ਚੀਜ਼, ਉਹਦਾ ਮੈਂਟਲੀ ਵੀ ਟੋਰਚਰ ਹੁੰਦਾ ਉਹ, ਠੀਕ ਨਹੀਂ, ਪ੍ਰੋਫੈਸ਼ਨਲੀ ਵੀ ਟੋਰਚਰ ਹੁੰਦਾ। ਸੋ ਇਹ ਸਾਡੀ ਇੱਕ ਸਬਮਿਸ਼ਨ ਵੀ ਹੈ ਅਤੇ ਇੱਕ ਤਾੜਨਾ ਵੀ ਆ, ਜਿਹੜੇ ਬੰਦੇ ਸੋਸ਼ਲ ਮੀਡੀਆ 'ਤੇ ਗਲਤ ਟੈਗ ਕਰ ਰਹੇ ਨੇ, ਗਲਤ ਪੋਸਟਾਂ ਬਣਾ ਰਹੇ ਨੇ, ਵੀ ਅੱਗੇ ਤੋਂ ਅਸੀਂ ਸਟ੍ਰਿਕਟ ਲੀਗਲ ਐਕਸ਼ਨ ਉਹਨਾਂ ਦੇ ਖਿਲਾਫ਼ ਲਵਾਂਗੇ। ਸਰ, ਬੀਤੇ ਦਿਨ ਜਿਹੜਾ ਬਾਹਰ ਵਿਦੇਸ਼ ਜਿਹੜਾ ਅਨਮੋਲ ਬਿਸ਼ਨੋਈ ਦੀ ਵੀਡੀਓ ਵਾਇਰਲ ਹੋਈ, ਹਾਂਜੀ, ਲਾਲ ਬਿਸ਼ਨੋਈ ਦਾ ਭਰਾ ਹੈਗਾ ਕਰਨ ਔਜਲਾ ਦੇ ਨਾਲ, ਉਸ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਇੱਕ ਵੱਡੇ ਜਿਹੜਾ ਪਟਿਆਲਾ ਤੋਂ ਜਿਹੜਾ ਤੁਸੀਂ ਕਹਿ ਰਹੇ ਹੋ ਸ਼ਾਰਪੀ ਘੁੰਮਣ ਨੂੰ ਹਿਰਾਸਤ ਦਿੱਤਾ ਗਿਆ ਫਰਜ਼ੀ ਪਾਸਵਰਡ ਮੰਗਦੇ, ਸਵੇਰੇ ਸਪਸ਼ਟੀਕਰਨ ਵੀ ਆ ਚੁੱਕਾ ਵਾ ਕਰਨ ਔਜਲਾ ਜੀ ਦਾ, ਉਹਨੇ ਸਾਫ਼ ਤੌਰ ਤੇ ਕਿ ਹਾਂ ਪਹਿਲੇ ਮੈਂ ਜਾਣਦਾ ਸੀਗਾ ਪਰ ਮੇਰੇ ਹੁਣ ਗੱਲਬਾਤ ਨਹੀਂ। ਬਿਲਕੁਲ ਜੀ, ਮੈਂ ਇਹੀ ਕਹਿ ਰਿਹਾ, ਐਂਟੀ ਗੈਂਗ ਟਾਸਕ ਫੋਰਸ ਇੱਕ ਬੜੀ ਵੱਡੀ ਏਜੰਸੀ ਹੈ। ਸੋ ਜੇ ਉਹਨਾਂ ਦੇ ਕੋਲ ਕੋਈ ਪ੍ਰੂਫ ਹੋਊਗਾ ਤਾਂ ਤੁਸੀਂ ਟਾਈਮ ਤਾਂ ਦਿਓ, ਉਹ ਜ਼ਰੂਰ ਦੇਖਣਗੇ।
तो लीगल एक्शन लेंगे, पर ਉਹ ਕਰਨ ਔਜਲਾ ਕਿੱਥੋਂ ਆ ਗਿਆ, ਉਹਦੀ ਕੀ ਇਨਵੋਲਵਮੈਂਟ ਹੈ? ਕਰਨ ਔਜਲਾ ਇਹ ਵੀ ਕਹਿੰਦੇ ਕਿ 4 ਵਾਰ ਮੇਰੇ ਉੱਤੇ ਫਾਇਰਿੰਗ ਵੀ ਹੋਈ ਹੈ ਤੇ ਬਿਲਕੁਲ ਜੀ ਘਰ ਦੇ ਵਿੱਚ ਵੀ ਜਿਹੜਾ ਫਰੋਤੀ ਮੰਗੀ ਜਾਂ ਫਾਇਰਿੰਗ ਮੇਰੇ ਦੇਖੋ ਜੀ ਮੈਂ ਇਹੀ ਕਹਿ ਰਿਹਾ ਇਸ ਸਮਾਜ ਸਾਡਾ ਸਮਾਜ ਪਤਾ ਨਹੀਂ ਕਿਸ ਪਾਸੇ ਨੂੰ ਜਾ ਰਿਹਾ ਹੈ। ਜੇ ਇੱਕ ਬੰਦਾ ਦੇਖੋ ਅੱਜ ਸਿੱਧੂ ਮੂਸੇਵਾਲਾ ਸਾਡਾ ਛੋਟਾ ਵੀਰ ਇਸ ਦੁਨੀਆ ਤੇ ਨਹੀਂ ਰਿਹਾ, ਕਿੱਡਾ ਵੱਡਾ ਘਾਟਾ ਪੈ ਗਿਆ ਜੀ ਉਹਦੇ ਪਰਿਵਾਰ ਨੂੰ, ਕਿੱਡਾ ਵੱਡਾ ਘਾਟਾ ਉਹਦੇ ਮਾਂ ਪਿਓ ਨੂੰ, ਉਹਦੇ ਸੱਜਣਾ ਦੋਸਤਾਂ ਮਿੱਤਰਾਂ ਨੂੰ ਫੈਨਸ ਨੂੰ ਕਿੱਡਾ ਵੱਡਾ ਘਾਟਾ ਪਿਆ। ਹੁਣ ਹੋ ਸਕਦਾ ਅਗਲਾ ਨੰਬਰ ਕਰਨ ਔਜਲਾ ਦਾ ਹੋਵੇ, ਲੱਗਦਾ ਵੀ ਉਹਨਾਂ ਦੀ ਇਮੇਜ ਨੂੰ ਢਾਹ ਲਾਉਣ ਦੀ ਜਿਹੜੀ। ਦੇਖੋ ਜੀ ਮੈਂ ਤਾਂ ਇਹੀ ਗੱਲ ਜਸਟੀਫਾਈ ਕਰਨੀ ਆ, ਅਸੀਂ ਜੇ ਕੋਈ ਸਾਡੀ ਇਮੇਜ ਨੂੰ, ਕਰਨ ਦੀ ਇਮੇਜ ਨੂੰ ਢਾਹ ਲਾਊਗਾ ਤਾਂ ਅਸੀਂ ਲੀਗਲ ਐਕਸ਼ਨ ਸਟ੍ਰਿਕਟ ਲਵਾਂਗੇ। ਅੱਜ ਮੇਰੀ ਇਹੀ ਧਾਰਨਾ ਹੈ, ਚਾਹੇ ਜਿਹੜੇ ਫੇਸਬੁੱਕ 'ਤੇ ਕਮੈਂਟ ਕਰਦੇ ਨੇ ਉਹਨਾਂ ਨੂੰ ਵੀ, ਜਿਹੜੇ ਬੰਦੇ ਗਲਤ ਚੈਨਲ ਚਲਾ ਕੇ ਟੈਗ, ਦੇਖੋ ਤੁਸੀਂ ਤਾਂ ਆਥੋਰਾਈਜ਼ ਚੈਨਲਸ ਹੋ, ਤੁਸੀਂ ਰਿਪਿਊਟਡ ਹੋ, ਤੁਹਾਡਾ ਸਮਾਜ ਨੂੰ ਦੇਣ ਇੱਕ ਹੋਰ ਆ। ਕੁਛ ਸੋਸ਼ਲ ਮੀਡੀਆ ਦੇ ਅਲੱਗ ਹੀ ਚੈਨਲ ਚੱਲ ਰਹੇ ਨੇ ਜੀ, ਤੁਹਾਨੂੰ ਤੁਹਾਡੀ ਵੀ ਜਾਣਕਾਰੀ ਹੋਊਗੀ ਇਸ ਚੀਜ਼ ਦੀ ਤੁਹਾਨੂੰ ਵੀ, ਉਹ ਇੱਕ ਨਵੀਂ ਖਬਰ ਖੜੀ ਕਰ ਦਿੰਦੇ ਆ, ਕਿਉਂਕਿ ਕਦੀ ਸਿੱਧੂ ਮੂਸੇਵਾਲੇ ਨੂੰ ਅਗੇਂਸਟ ਕਰਤਾ ਕਰਨ ਔਜਲਾ ਦੇ, ਕਦੀ ਮਨਕੀਰਤ ਔਲਕ ਨੂੰ ਕੁਛ ਕਹਿਤਾ, ਕਦੀ ਕਿਸੇ ਨੂੰ ਕੁਛ ਕਹਿਤਾ, ਉਹਨਾਂ ਦਾ ਮੋਟਿਵ ਆ ਲਾਈਕਸ ਲੈਣਾ, ਆਪਦੇ ਚੈਨਲਸ ਨੂੰ ਪ੍ਰਮੋਟ ਕਰਨਾ, ਪਰ ਸਮਾਜ ਨੂੰ ਬਹੁਤ ਮਾੜੀ ਦੇਣਾ ਜੀ, ਸਾਡੇ ਬੱਚਿਆਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ, ਅਸੀਂ ਕਿਹੋ ਜਿਹਾ ਸਮਾਜ ਦੇ ਰਹੇ ਹਾਂ? ਸੋ ਇਹ ਨਹੀਂ ਹੋਣਾ ਚਾਹੀਦਾ, ਪਰ ਜੇ ਹੋਊਗਾ ਤਾਂ ਉਹ ਬੰਦੇ ਬਖਸ਼ੇ ਨਹੀਂ ਜਾਣਗੇ, ਚਾਹੇ ਉਹ ਕੋਈ ਵੀ ਹੋਵੇ। ਅਸੀਂ ਸਾਡੀ ਕਰਨ ਔਜਲਾ ਦੀ ਜਿੰਨੀ ਲੀਗਲ ਟੀਮ ਹੈ, ਮੇਰੇ ਵੱਲੋਂ ਅਸੀਂ ਰੀਪ੍ਰਜੈਂਟ ਕਰਦੇ ਹਾਂ, ਅਸੀਂ ਸਟ੍ਰਿਕਟ ਐਕਸ਼ਨ ਲਵਾਂਗੇ ਉਹਨਾਂ। ਸਿੱਧੂ ਮੂਸੇਵਾਲਾ ਸਾਡਾ ਛੋਟਾ ਵੀਰ, ਚਲੋ ਇਸ ਦੁਨੀਆ ਤੇ ਨਹੀਂ, ਉਹ ਵੀ ਚਰਚਾ 'ਚ ਰਹੇ ਨੇ, ਜਿੰਨਾ ਚਿਰ ਉਹ ਮੁੰਡਾ ਇੰਨਾ ਵਧੀਆ ਕੰਮ ਕਰਦਾ ਰਿਹਾ ਤੇ ਲੋਕਾਂ ਨੇ ਚੰਗਾ ਤਾਂ ਕਿਹਾ ਹੀ ਨਹੀਂ ਜੀ, ਉਹਨੂੰ ਮਾੜਾ ਹੀ ਕਹਿੰਦੇ ਰਹੇ ਨੇ, ਉਹਦੇ ਗਾਣਿਆਂ ਦੇ ਨੁਕਤਾ 'ਚ ਇੰਨੀ ਟਿੱਪਣੀਆਂ, ਤੇ ਅੱਜ ਜੇ ਉਹ ਬੰਦਾ ਦੁਨੀਆ ਤੇ ਨਹੀਂ ਹੈ ਤੇ ਫਿਰ ਆਪਾਂ ਉਹਨੂੰ ਪੂਜ ਰਹੇ ਹਾਂ, ਸਾਡੇ ਸਮਾਜ ਦੀ ਇਹੀ ਗਲਤ ਚੀਜ਼ ਆ। ਤੇ ਅੱਜ ਜੇ ਹੁਣ ਆਪਾਂ ਜੇ ਕਰਨ ਔਜਲਾ ਚਾਹੇ ਕੋਈ ਹੋਰ ਜਿਹੜੇ ਮੁੰਡੇ ਸਿੰਗਰ ਵਧੀਆ ਕੰਮ ਕਰਦੇ ਨੇ ਜਾਂ ਫੇਮਸ ਨੇ, ਸੋ ਉਹਨਾਂ ਨਾਲ ਬਿਨਾਂ ਗੱਲ ਤੋਂ ਕੰਟਰੋਵਰਸੀਜ਼ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਵੀ ਉਹਦੇ ਨਾਲ ਜੀ ਵੀ ਜਿਹੜਾ ਇਹ ਗਲਤ ਢੰਗ ਨਾਲ ਅੱਗੇ ਸਾਰਾ ਸਿਸਟਮ ਲਿਆਂਦਾ ਜਾ ਰਿਹਾ। ਮੇਰੀ ਫਿਰ ਲਾਸਟ ਇਹੀ ਬੇਨਤੀ ਹੈ ਵੀ ਇੱਕ ਤਾੜਨਾ ਵੀ ਹੈ ਵੀ ਜਿਹੜੇ ਬੰਦੇ ਹੁਣ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਹੀ ਕੋਈ ਵੀ ਪਬਲੀਕੇਸ਼ਨ ਕਰਨਗੇ, ਪ੍ਰਿੰਟ ਇਲੈਕਟ੍ਰੋਨਿਕ ਮੀਡੀਆ ਜਾਂ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ, ਅਸੀਂ ਡੈਫਾਮੇਸ਼ਨ ਅਤੇ FIR ਦਰਜ ਕਰਾ ਕੇ ਸਟ੍ਰਿਕਟ ਐਕਸ਼ਨ ਉਹਨਾਂ ਦੇ ਖਿਲਾਫ ਲਵਾਂਗੇ। ਅਸੀਂ ਉਹ ਵੀ ਕਰ ਰਹੇ ਹਾਂ ਕਿ ਹੁਣ ਵੀ ਕਰ ਰਹੇ, ਉਹ ਮੈਂ ਹਲੇ ਡਿਸਕਲੋਜ਼ ਨਹੀਂ ਕਰ ਸਕਦਾ ਜੀ, ਆਫਟਰ ਸੈਂਡਿੰਗ ਦਾ ਲੀਗਲ ਨੋਟਿਸ ਮੈਂ ਤੁਹਾਨੂੰ ਇਨਫੋਰਮ ਕਰੂੰਗਾ। ਕਿੰਨੇ ਕੁ ਬੰਦਿਆਂ ਨੂੰ ਭੇਜਿਆ ਜਾ ਰਿਹਾ ਜੀ ਲੀਗਲ ਨੋਟਿਸ? ਅਸੀਂ 5-6 ਬੰਦਿਆਂ ਨੂੰ ਭੇਜ ਰਹੇ ਹਾਂ ਜੀ, 5-6 ਬੰਦਿਆਂ ਨੂੰ, 5-6 ਬੰਦਿਆਂ ਨੂੰ ਅੱਜ ਲੀਗਲ ਨੋਟਿਸ ਅਸੀਂ ਸੈਂਡ ਕਰ ਰਹੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਅਗਲਾ ਐਕਸ਼ਨ ਵੀ ਲਵਾਂਗੇ ਉਹਨਾਂ 'ਤੇ। ਕੋਈ CP ਸਾਹਿਬ ਨੂੰ ਕੰਪਲੇਂਟ ਜਾਂ ਵੱਡੇ ਲੈਵਲ ਦੇ DIG ਸਾਹਿਬ ਨੂੰ? ਸਾਨੂੰ ਹਲੇ ਇਸ ਚੀਜ਼ ਦੀ ਕੋਈ ਹਲੇ ਕੰਪਲੇਂਟ ਦੀ ਲੋੜ ਹੈ ਨਹੀਂ ਜੀ, ਕਿਉਂਕਿ ਅਸੀਂ ਬਾਏ ਦਾ ਵੇ ਆਫ ਲੀਗਲ ਨੋਟਿਸ ਹੀ ਇਹ ਅਸੀਂ ਕਲੈਰੀਫਾਈ ਕਰ ਰਹੇ ਹਾਂ ਅਤੇ ਜੇ ਅੱਗੇ ਲੋੜ ਪਈ ਤਾਂ ਮਾਨਯੋਗ ਜੋ ਵੀ ਪੁਲਿਸ ਅਦਾਰਾ ਇਨਵੈਸਟੀਗੇਟਿੰਗ ਏਜੰਸੀ ਹੈ ਅਸੀਂ ਅਪਰੋਚ ਕਰਾਂਗੇ ਜ਼ਰੂਰ। ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ, ਨਸ਼ਾ ਛੁਡਾਉਣ 'ਚ ਮਾਹਿਰ ਡਾਕਟਰ ਗੁਪਤਾ 6961-67000। ਬਿਨਾਂ ਤੋੜ ਤਕਲੀਫ ਤੋਂ, ਬਿਨਾਂ ਦਾਖਲ ਹੋਏ, ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ। ਸ਼ਰਾਬ, ਹੈਰੋਇਨ, ਸਮੈਕ, ਅਫੀਮ, ਗਾਂਜਾ, ਚਿੱਟਾ, ਭੁੱਕੀ, ਟੀਕੇ, ਗੋਲੀਆਂ, ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ। ਸਾਡੀ ਦਵਾਈ 100% ਆਯੁਰਵੈਦਿਕ ਹੈ, ਇਸ ਦਾ ਕੋਈ ਸਾਈਡ ਇਫੈਕਟ ਨਹੀਂ। ਦੇਸ਼ ਵਿਦੇਸ਼ 'ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ। ਪਤਾ, ਆਨੰਦ ਦਵਾਖਾਨਾ, ਸਾਹਮਣੇ ਬੱਸ ਸਟੈਂਡ, ਪਟਿਆਲਾ। ਡਾਕਟਰ ਗੁਪਤਾ 6961-67000।